ਸਸਿਕਾਲ ਵੀਰੋ, ਜਿੱਦਾਂ ਕਿ ਤੁਹਾਨੂੰ ਪਤਾ ਹੈ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਸੁਨੰਦਾ ਸ਼ਰਮਾ ਜੀ ਦਾ ਇਹ ਗਾਣਾ ਵੀ ਭੈਣ ਨਾਨਕੀ ਬਣਾਵੇ ਰੋਟੀਆ, ਨਿੱਕਾ ਵੀਰ ਦਹੀਂ ਨਾਲ ਖਾਵੇ, ਕਿਹੋ ਜਿਹੇ ਵਧੀਆ ਬੋਲ ਹਨ। ਕਦੋਂ ਆਇਆ ਵੀਰ ਦਾ, ਜਦੋਂ ਰੋਟੀ ਤਵੇ ਉੱਤੇ ਪਾ ਕੇ ਭੈਣ ਨਾਨਕੀ ਬਣਾਵੇ ਰੋਟੀਆਂ, ਨਿੱਕਾ ਵੀਰ ਦਹੀਂ ਨਾਲ ਖਾਵੇ। ਇਹ ਗੀਤ ਬਹੁਤ ਹੀ ਵਧੀਆ ਬੋਲ ਹਨ, ਸੁਨੰਦਾ ਸ਼ਰਮਾ ਜੀ ਨੇ ਇਹ ਗਾਇਆ ਹੈ ਅਤੇ ਜਿਹੜੇ ਮੌਕੇ 'ਤੇ ਆਇਆ ਹੈ ਉਹ ਮੌਕਾ ਵੀ ਬਹੁਤ ਖਾਸ ਹੈ। ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਜਾ ਰਿਹਾ ਹੈ। ਉੱਧਰੋਂ ਕਰਤਾਰਪੁਰ ਸਾਹਿਬ ਦਾ ਬੋਰਡਰ ਵੀ ਖੁੱਲ੍ਹ ਗਿਆ ਹੈ ਅਤੇ ਉੱਧਰੋਂ ਨਨਕਾਣਾ ਸਾਹਿਬ ਤੋਂ ਵੀ ਸੰਗਤਾਂ ਆਈਆਂ ਹਨ ਇਸ ਗੁਰਦੁਆਰੇ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਨ। ਕਿਹੋ ਜਿਹਾ ਮੰਜ਼ਰ, ਉਹ ਜਿਹਾ ਅਦਭੁਤ ਮੰਜ਼ਰ ਕਿ ਮੈਂ ਜ਼ਬਾਨ ਤੋਂ ਬਿਆਨ ਵੀ ਨਹੀਂ ਕਰ ਸਕਦਾ। ਅਕਾਲ ਪੁਰਖ ਇੱਦਾਂ ਹੀ ਰਿਸ਼ਤੇ ਜੋੜ ਕੇ ਰੱਖੇ, ਹਿੰਦੂ ਮੁਸਲਿਮ ਅਤੇ ਸਿੱਖ ਭਾਈਚਾਰਾ ਬਣਿਆ ਰਹੇ। ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਨਹੀਂ ਜਗਤ ਗੁਰੂ ਹਨ, ਉਹ ਪੀਰਾਂ ਦੇ ਪੀਰ ਹਨ ਅਤੇ ਗੁਰੂਆਂ ਦੇ ਗੁਰੂ ਹਨ। ਉਹਨਾਂ ਬਾਰੇ ਜੋ ਕਿਹਾ ਜਾਏ ਉਹ ਘੱਟ। ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ, ਪ੍ਰੈਸ ਬੈਲ ਬਟਨ ਨੂੰ ਜ਼ਰੂਰ ਦਬਾਓ। ਮਿਲਾਂਗੇ ਇੱਕ ਨਵੀਂ ਵੀਡੀਓ, ਤਦ ਤੱਕ ਲਈ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਵੀਰੋ।